ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਦੋਂ ਦੀਨ ਦੁਨੀਆ ਨੂੰ ਉਤਾਰਦੇ ਹੋਏ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਗਨਨਾਥਪੁਰੀ ਪਹੁੰਚੇ ਤਾਂ ਮੁੱਖ ਮੰਦਿਰ ਦੇ ਸਾਹਮਣੇ ਮੰਗੂ ਮੱਠ ਵਾਲੇ ਸਥਾਨ 'ਤੇ ਜਾ ਬੈਠੇ। ਉਹ ਸਮੁੰਦਰ ਦਾ ਕਿਨਾਰਾ ਸੀ, ਸਮੁੰਦਰ ਦਾ ਪਾਣੀ ਖਾਰਾ ਹੋਣ ਕਰਕੇ ਲੋਕ ਬਹੁਤ ਦੁਖੀ ਸਨ। ਜੀਵਾਂ 'ਤੇ ਤਰਸ ਕਰਕੇ ਆਪਣੇ ਪਵਿੱਤਰ ਹੱਥਾਂ ਨਾਲ ਸੋਟਾ ਲੈ ਕੇ ਧਰਤੀ ਵਿੱਚੋਂ ਮਿੱਠਾ ਜਲ ਪ੍ਰਗਟ ਕੀਤਾ। ਉਹ ਜਗਨਨਾਥਪੁਰੀ ਵਿੱਚ ਬੌਲੀ ਸਾਹਿਬ ਅਸਥਾਨ ਹੁਣ ਤੱਕ ਸੁਸ਼ੋਭਿਤ ਹੈ। ਸਤਿਗੁਰੂ ਦਾ ਇਹ ਸੁਭਾਅ ਰਿਹਾ ਹੈ, ਵੱਡੇ ਵੱਡੇ ਧਰਮ ਸਥਾਨਾਂ 'ਤੇ ਪਹੁੰਚਦੇ ਧਰਮ ਦੇ ਨਾਂ 'ਤੇ ਹੋ ਰਹੇ ਅਧਰਮ ਦਾ ਖੰਡਨ ਕਰਨ ਲਈ, ਇੱਕ ਨਿਰੰਕਾਰ ਦੀ ਪੂਜਾ ਕਰਵਾਉਣ ਲਈ ਕੋਈ ਨਾ ਕੋਈ ਨਿਰਾਲਾ ਕੌਤਕ ਕਰਦੇ। ਜਿਵੇਂ ਹਰਿਦੁਆਰ ਕੁੰਭ ਦੇ ਮੇਲੇ ਪਾਣੀ ਸੂਰਜ ਨੂੰ ਦੇਣ ਦੀ ਬਜਾਏ ਲਹਿੰਦੇ ਵੱਲ ਨੂੰ ਦੇਣਾ ਅਤੇ ਬ੍ਰਾਹਮਣਾਂ ਦੇ ਇਤਰਾਜ਼ ਕਰਨ ਤੋਂ ਸ਼ੁਭ ਸਿੱਖਿਆ ਦੇਣੀ, ਕੁਰੂਕਸ਼ੇਤਰ ਗ੍ਰਹਿਣ ਦੇ ਮੌਕੇ ਅੱਗ ਬਾਲਣੀ ਅਤੇ ਬ੍ਰਾਹਮਣਾਂ ਦੇ ਇਤਰਾਜ਼ ਕਰਨ ਤੋਂ ਗੁਰਮਤ ਦਾ ਪ੍ਰਚਾਰ ਕਰਨਾ, ਨਾਨੂ ਵਰਗੇ ਪੰਡਿਤਾਂ ਨੂੰ ਸ਼ਬਦ ਚਰਚਾ ਵਿੱਚ ਹਰਾ ਕੇ, ਜੋ ਆਪਣੇ ਆਪ ਨੂੰ ਨਾਨਕ ਕਹਾਉਂਦਾ ਸੀ ਉਸਨੇ ਖੁਦ ਕਿਹਾ ਕਿ ਮੈਂ ਨਾਨੂ ਹੀ ਹਾਂ, ਅਸਲੀ ਨਾਨਕ ਅੱਜ ਆ ਪਹੁੰਚਿਆ ਹੈ। ਮੱਕੇ ਵਿੱਚ ਜਾ ਕੇ ਕਾਜੀ ਮਲਾਣਿਆਂ ਦਾ ਧਿਆਨ ਖਿੱਚਣਾ, ਚਰਨ ਮੱਕੇ ਵੱਲ ਹੋਣ 'ਤੇ ਕਾਜੀਆਂ ਨੇ ਸਖ਼ਤ ਇਤਰਾਜ਼ ਕਰਨਾ ਅਤੇ ਚਰਨਾਂ ਨਾਲ ਮੱਕਾ ਘੁਮਾ ਕੇ ਹਰ ਜਗ੍ਹਾ ਖੁਦਾ ਦੀ ਹੋਂਦ ਦਰਸਾਉਣੀ। ਇਸੇ ਪ੍ਰਕਾਰ ਸੁਲਤਾਨਪੁਰ ਦੀ ਮਸੀਤ 'ਤੇ ਨਿਵਾਜ਼ ਪੜ੍ਹਨ ਦੇ ਬਹਾਨੇ ਉਹਨਾਂ ਦੇ ਮਨ ਦੀ ਹਾਲਤ ਦੱਸ ਕੇ ਖੁਦਾ ਦੇ ਅਸਲੀ ਰਾਹ 'ਤੇ ਲਿਆਉਣਾ। ਇਸੇ ਪ੍ਰਕਾਰ ਇੱਥੇ ਜਗਨਨਾਥਪੁਰੀ ਵਿੱਚ ਪੰਡਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਹ ਚੋਜ ਕੀਤਾ, ਜੋ ਪਰਿਕਰਮਾ ਮੰਦਰ ਦੇ ਬਾਹਰ ਸੀ ਉਸ 'ਤੇ ਬੈਠ ਗਏ। ਜਦੋਂ ਪੰਡੇ ਆਰਤੀ ਕਰਨ ਲੱਗੇ ਤਾਂ ਆਪ ਜੀ ਚੌਂਕੜਾ ਮਾਰ ਕੇ ਹੀ ਬੈਠੇ ਰਹੇ। ਪੰਡੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਭਗਵਾਨ ਜਗਨਨਾਥ ਦੀ ਆਰਤੀ ਵਿੱਚ ਤੁਸੀਂ ਖੜ੍ਹੇ ਨਾ ਹੋ ਕੇ ਅਪਮਾਨ ਕੀਤਾ ਹੈ, ਤੁਸੀਂ ਤਾਂ ਲੋਕਾਂ ਨੂੰ ਮਰਿਆਦਾ ਦੱਸਦੇ ਫਿਰਦੇ ਹੋ, ਫਿਰ ਆਪਣੀ ਵਿੱਚ ਖੜ੍ਹੇ ਨਾ ਹੋਣਾ ਬਹੁਤ ਬੁਰੀ ਬਾਤ ਹੈ। ਭਾਵ ਆਰਤੀ ਵਿੱਚ ਖੜ੍ਹੇ ਨਾ ਹੋਣਾ ਬਹੁਤ ਨਿੰਦਣਯੋਗ ਬਾਤ ਹੈ। ਮਹਾਰਾਜ ਜੀ ਨੇ ਕਿਹਾ ਕਿ ਹੇ ਪੰਡਤੋ, ਅਸੀਂ ਤਾਂ ਪਹਿਲਾਂ ਹੀ ਆਰਤੀ ਵਿੱਚ ਸ਼ਾਮਿਲ ਹੀ ਨਹੀਂ ਬਲਕਿ ਖੁਦ ਕਰ ਰਹੇ ਹਾਂ। ਸਾਰਾ ਸੰਸਾਰ ਨਿਰੰਕਾਰ ਦੀ ਆਰਤੀ ਦੀ ਸਮੱਗਰੀ ਹੈ, ਇੰਨੇ ਵੱਡੇ ਪਰਮਾਤਮਾ ਦੀ ਆਰਤੀ ਛੋਟੀ ਜਿਹੀ ਤਾਲੀ ਵਿੱਚ ਦੀਵੇ ਬਾਲ ਕੇ ਕਿਵੇਂ ਕਰ ਸਕਦੇ ਹੋ? ਜਿਤਨਾ ਵੱਡਾ ਨਿਰੰਕਾਰ ਹੈ ਉਸ ਦੀ ਆਰਤੀ ਲਈ ਉਤਨਾ ਵੱਡਾ ਥਾਲ ਚਾਹੀਦਾ। ਕਹਿਣ ਲੱਗੇ, ਫਿਰ ਤੁਸੀਂ ਆਪ ਹੀ ਵਰਣਨ ਕਰੋ ਕਿ ਉਸ ਦੀ ਆਰਤੀ ਲਈ ਇਤਨਾ ਵੱਡਾ ਥਾਲ ਕਿਹੜਾ ਹੈ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਨੇ ਕਥਨ ਕੀਤਾ ਹੈ, ਪੰਡੇ ਕਹੈਂ ਆਰਤੀ ਕੈਸੀ, ਨਿਤ ਪ੍ਰਤ ਕਰਤ ਰਹੋ ਕਹੋ ਕੈਸੀ,
ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ, ਸ਼ਬਦ ਆਰਤੀ ਰੀਤ ਬਖਾਨਾ। ਤਾਂ ਸਤਿਗੁਰੂ ਸਾਹਿਬ ਜੀ ਨੇ ਧਨਾਸਰੀ ਰਾਗ ਵਿੱਚ ਪਹਿਲਾਂ ਮੰਗਲ ਕਰਦਿਆਂ ਇਹ ਆਰਤੀ ਦਾ ਸ਼ਬਦ ਉਚਾਰਨ ਕੀਤਾ। ਸੋ ਜੋ ਕੀਰਤਨ ਸੋਹਲੇ ਅਤੇ ਆਰਤੀ ਵਿੱਚ ਇਹ ਦੋਨੇ ਸ਼ਬਦ ਆਏ ਹਨ, ਇਹਨਾਂ ਵਿੱਚ ਜੋ ਅੰਤਰ ਹੈ ਉਹ ਆਪ ਜੀ ਨੋਟ ਕਰ ਲਵੋ। ਜੋ ਸੋਹਲਾ ਸਾਹਿਬ ਦੇ ਵਿੱਚ ਸ਼ਬਦ ਹੈ ਉਹ ਆਰੰਭ ਹੁੰਦਾ ਹੈ ਰਾਗ ਧਨਾਸਰੀ ਮਹੱਲਾ ਪਹਿਲਾ। ਉਹ ਹੁੰਦਾ ਹੈ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸੋ ਜਿਹੜਾ ਰਾਗ ਆਪਣੇ ਧਨਾਸਰੀ ਆਰਤੀ ਦੇ ਵਿੱਚ ਸ਼ੁਰੂ ਹੁੰਦਾ ਹੈ ਉਹ ਇਸ ਤੋਂ ਆਰੰਭ ਹੁੰਦਾ ਹੈ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਆਪਾਂ ਪੜ੍ਹਨ ਜਾ ਰਹੇ ਹਾਂ। ਉਹ ਸ਼ਬਦ ਆਰੰਭ ਹੁੰਦਾ ਹੈ ਸਹਿਸ ਤਵ ਨੈਣ ਨਨ ਹੈ ਤੋਹੇ ਕਉ, ਉੱਥੇ ਹੈ ਆਇਆ ਹੈ, ਇੱਥੇ ਇਕੱਲਾ ਦੁਲਾਵਾਂ ਨਾਲ ਹੈ ਆਇਆ। ਸਹਿਸ ਮੂਰਤ ਨਨਾ ਏਕ ਤੋਹੀ, ਸੋਹਲਾ ਸਾਹਿਬ ਵਿੱਚ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਆਇਆ ਹੈ। ਆਰਤੀ ਸਾਹਿਬ ਵਿੱਚ ਤਿਸਕੈ ਚਾਨਣ ਸਭ ਮੈਂ ਚਾਨਣ ਹੋਏ ਆਇਆ ਹੈ। ਸੋਹਲਾ ਸਾਹਿਬ ਵਿੱਚ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੂੰ ਹੋਏ ਜਾ ਤੇ ਤੇਰਾ ਨਾਏ ਵਾਸਾ। ਆਰਤੀ ਸਾਹਿਬ ਵਿੱਚ ਆਇਆ ਹੈ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਆਨੰਦ ਨੂੰ ਹੋਏ ਜਾ ਤੇ ਤੇਰਾ ਨਾਮ ਵਾਸਾ। ਸੋ ਇਹਨਾਂ ਸ਼ਬਦਾਂ ਦਾ ਪਾਠ ਭੇਦ ਦਾ ਖਿਆਲ ਰੱਖਣਾ ਹੈ। ਸਤਿਗੁਰੂ ਪਹਿਲਾਂ ਮੰਗਲ ਕਰਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਰਤੀ, ਆਰਤੀ ਭਾਵ ਅਧੀਨਗੀ ਦੇ ਸਹਿਤ ਹੋ ਕੇ ਬੇਨਤੀ ਕਰਨੀ। ਆਰਤੀ ਸੰਸਕ੍ਰਿਤ ਵਿੱਚ ਆਰਾ ਤ੍ਰਿਕ ਮੰਨਿਆ ਹੈ, ਜੋ ਰਾਤ ਬਿਨਾਂ ਵੀ ਹੋਵੇ ਭਾਵ ਕਿਸੇ ਦੇਵੀ ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਿਤ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਇਸ ਵਿੱਚ ਦਿਨ ਅਤੇ ਰਾਤ ਦਾ ਕੋਈ ਵਿਧਾਨ ਨਹੀਂ, ਇਸ ਲਈ ਆਰਾਤ੍ਰਿਕ ਸੰਗਿਆ ਹੈ। ਹਿੰਦੂ ਮਤ ਅਨੁਸਾਰ ਦੀਵੇ ਘੁਮਾਉਣ ਦਾ ਨਿਯਮ ਐਸਾ ਹੈ, ਚਾਰ ਵਾਰ ਚਰਨਾਂ ਅੱਗੇ, ਦੋ ਵਾਰ ਨਾਭੀ, ਇੱਕ ਵਾਰ ਮੂੰਹ ਉੱਤੇ ਅਤੇ ਸੱਤ ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਉਣੇ ਅਤੇ ਦੀਵੇ ਇੱਕ ਤੋਂ ਲੈ ਕੇ ਸੌ ਤੱਕ ਜਗਾਉਣੇ ਵਿਧਾਨ ਮੰਨਿਆ। ਪਰੰਤੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਤਮ ਪੂਜਾ ਦਾ ਖੰਡਨ ਕਰਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਮਹਿਮਾ ਦੱਸੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਸੋ ਜੋ ਗਗਨ ਮੈਂ ਆਇਆ ਹੈ ਮੰਮੇ ਨੂੰ ਦੁਲਾਵਾਂ, ਇਹ ਮੈਂ ਨਹੀਂ ਪੜ੍ਹਨਾ, ਬਿੰਦੀ ਤੋਂ ਰਹਿਤ ਪੜ੍ਹਨਾ। ਹੇ ਪੰਡਿਤ ਜਨੋ, ਉਸ ਪਰਮੇਸ਼ਰ ਦੀ ਆਰਤੀ ਜੋ ਕੁਦਰਤ ਆਪ ਹੀ ਕਰ ਰਹੀ ਹੈ, ਜਿਸ ਵਾਸਤੇ ਗਗਨ ਮੈਂ ਆਕਾਸ਼ਮਈ ਥਾਲ ਆਕਾਸ਼ ਰੂਪੀ ਥਾਲ ਹੈ, ਕਿਉਂਕਿ ਜਿਵੇਂ ਥਾਲ ਗੋਲ ਹੁੰਦਾ ਇਉਂ ਆਕਾਸ਼ ਵੀ ਚਾਰੇ ਪਾਸਿਆਂ ਤੋਂ ਗੋਲਾਕਾਰ ਦਿਸ ਰਿਹਾ, ਜਿਸ ਦੇ ਰਵ ਸੂਰਜ ਅਤੇ ਚੰਦ ਚੰਦਰਮਾ ਦੋ ਦੀਵੇ ਬਣੇ ਹੋਏ ਆ। ਦੁਤੀਆ ਭਾਵ ਦੋ ਜੋਤਾਂ ਜਗਦੀਆਂ, ਜਿਨ੍ਹਾਂ ਵਿੱਚ ਤੇਲ ਬੱਤੀ ਘਿਓ ਆਦਿਕ ਪਾਉਣ ਦੀ ਲੋੜ ਨਹੀਂ, ਆਪਣੇ ਆਪ ਜਗਮਗਾ ਰਹੇ।
ਤਾਰਕਾ ਕਹੀਏ ਤਾਰਿਆਂ ਦਾ ਮੰਡਲ ਸਮੂਹ ਜਨਕ ਪਿਤਾ ਰੂਪ ਪਰਮੇਸ਼ਰ ਨੂੰ ਮੋਤੀ ਅਮੋਲਕ ਰਤਨ ਭੇਟ ਹੋ ਰਹੇ। ਤਾਰਿਆਂ ਰੂਪੀ ਮੋਤੀ ਆਕਾਸ਼ ਰੂਪੀ ਥਾਲ ਵਿੱਚ ਜਨਕ ਕਹੀਏ ਜੜੇ ਹੋਏ ਆ। ਫਿਰ ਉਹਨਾਂ ਪ੍ਰਸ਼ਨ ਕੀਤਾ, ਹੇ ਗੁਰੂ ਜੀ ਧੂਫ ਕਿਹੜੀ ਤੁਖ ਰਹੀ ਆ? ਸਤਿਗੁਰੂ ਉੱਤਰ ਦਿੰਦੇ ਆ, ਧੂਪ ਮਲ ਆਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ। ਸੋ ਪਹਿਲਾ ਪਾਠ ਜੋ ਆਪਾਂ ਪੜ੍ਹਿਆ, ਧੂਪ ਮਲ ਆਨ ਲੋ ਵੱਖਰਾ, ਦੂਸਰਾ ਪਾਠ ਇਸਦਾ ਇਕੱਠਾ ਵੀ ਆਉਂਦਾ ਮਲ ਆਨ ਲੋ। ਸੋ ਰਹੋ ਵਿਚਾਰ, ਮਲ ਆਨ ਮਲਿਆਗਰ ਪਰਬਤ ਜੋ ਚੰਦਨ ਦਾ ਹੈ, ਜਿਹੜੀ ਉਸ ਤੋਂ ਲੋਕ ਇਹ ਖੁਸ਼ਬੂ ਆ ਰਹੀ। ਦੱਖਣੀ ਭਾਰਤ ਵਿੱਚ ਬੰਬਈ ਤੋਂ ਰਾਮੇਸ਼ਵਰ ਨੂੰ ਜਾਂਦਿਆਂ ਮਲਿਆਗਰ ਨਾਮੇ ਪਹਾੜ ਹੈ। ਚੇਤ ਦੇ ਮਹੀਨੇ ਵਿੱਚ ਬਾਂਸਾਂ ਦੇ ਘੱਸਣ ਤੋਂ ਜੰਗਲ ਨੂੰ ਡੋ ਅਗਨੀ ਲੱਗਦੀ ਹੈ, ਜੋ ਉਹਨਾਂ ਵਿੱਚ ਖੁਸ਼ਬੂਦਾਰ ਬ੍ਰਿਸ਼ ਚੰਦਨ ਆਦਿਕ ਦੇ ਜਲਣੇ ਤੋਂ ਮਹਿਕ ਨਿਕਲਦੀ। ਪਾਤਸ਼ਾਹ ਫਰਮਾਉਂਦੇ, ਮਾਨੋ ਧੂਫ ਦੁੱਖ ਰਹੀ ਆ, ਜਿਹੜੀ ਚੰਦਨ ਆਦਿ ਸੁਗੰਧਿਤ ਬ੍ਰਿਸ਼ਾਂ ਵਿੱਚੋਂ ਸੁਗੰਧੀ ਆ ਰਹੀ ਆ, ਇਹੋ ਧੂਫ ਦੁੱਖ ਰਹੀ ਆ। ਧੂਪ ਮਲ ਆਨ ਲੋ, ਮਲੈ ਕਹੀਏ ਆਨ ਲੋ ਅਨਲ ਭਾਵ ਮਲੈ, ਪਹਾੜਾਂ ਵਿੱਚ ਚੰਦਨ ਆਦਿ ਦੇ ਸੁਗੰਧੀ ਵਾਲੇ ਬੂਟੇ ਹੋਣ ਕਰਕੇ ਉੱਧਰੋਂ ਆਉਣ ਵਾਲੀ ਅਨਲ ਹਵਾ ਮਾਨੋ ਧੂਪ ਦੁੱਖ ਰਹੀ ਆ। ਫਿਰ ਉਹਨਾਂ ਪੰਡਿਆਂ ਨੇ ਪ੍ਰਸ਼ਨ ਕੀਤਾ, ਮਹਾਰਾਜ ਚੌਰ ਕਿਹੜਾ ਹੋ ਰਿਹਾ ਹੈ? ਸਤਿਗੁਰੂ ਉੱਤਰ ਦਿੰਦੇ ਆ, ਪਵਣ ਚਵਰੋ ਕਰੇ। ਹੇ ਬ੍ਰਾਹਮਣੋ, ਤੁਸੀਂ ਨਿੱਕੀਆਂ ਨਿੱਕੀਆਂ ਚਵਰਾਂ ਲੈ ਕੇ ਚਲਾਉਂਦੇ ਹੋ, ਪਰ ਨਿਰੰਕਾਰ ਦੀ ਚਵਰ ਬਹੁਤ ਵੱਡੀ ਹੈ। ਜਦੋਂ ਪਵਣ ਹਵਾ ਚੱਲਦੀ, ਇਸ ਨਾਲ ਜੋ ਬਨਸਪਤੀ ਝੂਲਦੀ ਹੈ, ਭਾਵ ਪੌਦੇ ਹਿਲਦੇ ਆ, ਇਹ ਮਾਨੋ ਪੌਣ ਦੇਵਤਾ ਪਰਮੇਸ਼ਰ ਨੂੰ ਚੌਰ ਕਰ ਰਿਹਾ ਹੈ। ਚੌਣ ਚੌਰ ਢੁੱਲੈ ਪਵਣੈ ਲੈ ਫੇਰੀ। ਅੱਗੇ ਫਿਰ ਉਹਨਾਂ ਪੰਡਿਆਂ ਪ੍ਰਸ਼ਨ ਕੀਤਾ, ਗੁਰੂ ਜੀ ਫੁੱਲ ਕਿਹੜੇ ਭੇਟਾ ਹੋ ਰਹੇ? ਗੁਰ ਉੱਤਰ ਦਿੰਦੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਜੋ ਸਗਲ ਸਾਰੀ 18 ਭਾਰ ਬਨਸਪਤੀ ਖੇੜੇ ਵਿੱਚ ਆ ਰਹੀ, ਇਹ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਫੁੱਲ ਅਰਪਣ ਹੋ ਰਹੇ। ਸਗਲ ਸਾਰੀ ਬਨਸਪਤੀ ਵਿੱਚ ਜਿੱਥੇ ਜਿੱਥੇ ਵੀ ਫੁੱਲ ਖਿੜੇ ਹੋਏ ਹੋਏ ਹਨ, ਉਹ ਸਾਰੇ ਵਿਆਪਕ ਪਰਮੇਸ਼ਰ ਨੂੰ ਭੇਟਾ ਹੋ ਰਹੇ ਆ। ਸੋ ਆਪ ਜੀ ਦੀ ਜਾਣਕਾਰੀ 'ਚ ਵਾਧੇ ਵਾਸਤੇ 18 ਭਾਰ ਭਾਵ 3260 ਤੋਲੇ ਦਾ ਇੱਕ ਭਾਰ ਹੁੰਦਾ। ਪੁਰਾਤਨ ਸਮੇਂ ਦਾ ਭਾਰ ਮਾਪਣ ਦਾ ਢੰਗ ਤਰੀਕਾ ਇਹ ਹੈ ਕਿ ਇੱਕ ਜਾਤੀ ਬ੍ਰਿਸ਼ ਦਾ ਇੱਕ ਪੱਤਾ ਲੈਣਾ, ਭਾਵੇਂ ਉਸ ਦੀਆਂ ਕਿੰਨੀਆਂ ਹੀ ਕਿਸਮਾਂ ਹੋਣ, ਜਿਵੇਂ ਅੰਬ ਹੈ ਉਸਦਾ ਇੱਕ ਪੱਤਾ ਲੈਣਾ, ਅਨਾਰ ਸੰਗਤਰਾ ਪਿੱਪਲ ਆਦਿ ਦਾ ਇੱਕ ਇੱਕ ਪੱਤਾ ਲੈਣਾ। ਜਦੋਂ 3260 ਤੋਲੇ ਹੋ ਜਾਣ ਤਾਂ ਇੱਕ ਭਾਰ ਹੋ ਜਾਂਦਾ ਹੈ। ਜਦੋਂ 18 ਭਾਰ ਪੱਤੇ ਹੋ ਜਾਣ, ਉਦੋਂ ਬਨਸਪਤੀ ਦੇ ਪੌਦਿਆਂ ਵਿੱਚੋਂ ਕੋਈ ਵੀ ਪੌਦਾ ਗਿਣਤੀ ਤੋਂ ਬਾਕੀ ਨਹੀਂ ਰਹਿੰਦਾ। ਇਹ ਪੁਰਾਣਾ ਤੋਲ ਮਾਪ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੇ ਬ੍ਰਾਹਮਣੋ, ਤੁਹਾਡੀਆਂ ਥਾਲੀਆਂ ਵਿੱਚ ਨਿੱਕੇ ਨਿੱਕੇ ਦੀਵੇ ਜਗਾ ਕੇ ਕਿਸ ਪ੍ਰਕਾਰ ਆਰਤੀ ਹੋ ਸਕਦੀ ਹੈ? ਫਿਰ ਪ੍ਰਸ਼ਨ ਸੀ, ਹੇ ਗੁਰੂ ਸਾਹਿਬ ਜੀ ਫਿਰ ਆਪ ਹੀ ਦੱਸੋ ਕਿ ਆਰਤੀ ਕਿਵੇਂ ਹੋ ਸਕਦੀ? ਤਾਂ ਸਤਿਗੁਰੂ ਉੱਤਰ ਦਿੰਦੇ ਆ, ਪਾਂਡਿਆਂ ਦੇ ਪ੍ਰਥਾਏ ਅਤੇ ਪਰਮੇਸ਼ਰ ਦੇ ਸਨਮੁੱਖ ਬੇਨਤੀ ਕਥਨ ਕਰਕੇ ਉਚਾਰਨ ਕਰਦੇ ਆ, ਭਾਵ ਖੰਡਨਾ ਤੇਰੀ ਆਰਤੀ। ਹੇ ਸੰਸਾਰ ਦੇ ਜੀਵਾਂ ਦੇ ਭਾਵ ਜੰਮਣ ਅਤੇ ਮਰਨ ਦੇ ਭੈ ਨੂੰ ਖੰਡਨਾ ਖੰਡਨ ਨਾਸ ਕਰਨ ਵਾਲੇ, ਖੰਡਨਾ ਟੁਕੜੇ ਟੁਕੜੇ ਕਰਨ ਵਾਲੇ ਪਰਮੇਸ਼ਰ ਜੀ, ਤੁਹਾਡੀ ਤਾਂ ਇਹੋ ਹੀ ਆਰਤੀ ਦੀ ਸਮੱਗਰੀ ਹੈ ਜੋ ਪ੍ਰਤੱਖ ਸ੍ਰਿਸ਼ਟੀ ਵਿੱਚ ਹੋ ਰਹੀ।
ਆਰਤੀ ਆ ਚਾਰੇ ਪਾਸਿਆਂ ਤੋਂ ਭਾਵ ਸਰਬ ਓਰ ਸੇ ਮੁੜ ਕੇ ਰਤੀ ਪ੍ਰੀਤੀ ਕਰਨੀ, ਚਾਰੇ ਪਾਸਿਆਂ ਤੋਂ ਮੁੜ ਕੇ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਰਤੀ ਰੰਗੀ ਜਾਣੀ ਹੈ, ਇਸੇ ਦਾ ਨਾਮ ਹੀ ਆਰਤੀ ਹੈ। ਫਿਰ ਉਹਨਾਂ ਪ੍ਰਸ਼ਨ ਕੀਤਾ, ਹੈ ਗੁਰੂ ਸਾਹਿਬ ਜੀ, ਅਸੀਂ ਤਾਂ ਭੇਰੀ ਅਤੇ ਵਾਜਾ ਵੀ ਵਜਾਉਂਦੇ ਹਾਂ, ਇੱਥੇ ਕਿਹੜੀ ਭੇਰੀ ਅਤੇ ਵਾਜਾ ਸਿੱਧ ਕਰੋਗੇ? ਸਤਿਗੁਰੂ ਉੱਤਰ ਦਿੰਦੇ ਆ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਹੇ ਪੰਡਿਤ ਜਨੋ, ਅਨਹਤਾ ਨਾਸ਼ ਤੋਂ ਰਹਿਤ ਸ਼ਬਦ ਬ੍ਰਹਮ ਦੀ ਚੇਤਨ ਸੱਤਾ ਨਾਲ ਜੋ ਸਾਰਿਆਂ ਦੇ ਅੰਦਰੋਂ ਆਵਾਜ਼ ਆ ਰਹੀ, ਇਹੋ ਹੀ ਭੇਰੀ ਵਾਜੰਤ ਵੱਜ ਰਹੀ ਹੈ। ਉਸ ਅਨਹਤਾ ਨਾਸ਼ ਤੋਂ ਰਹਿਤ ਪਰਮੇਸ਼ਰ ਦੇ ਸ਼ਬਦ ਦੀ ਹੀ, ਅਨਹਤਾ ਇੱਕ ਰਸ ਸਤ ਨਾਮ ਵਾਹਿਗੁਰੂ ਦੇ ਸ਼ਬਦ ਦੀ, ਹਿਰਦੇ ਅੰਦਰ ਭੇਰੀ ਅਤੇ ਵਾਜਾ ਵਾਜੰਤ ਵੱਜਦਾ ਹੈ। ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਫਿਰ ਪੰਡਿਆਂ ਨੇ ਪ੍ਰਸ਼ਨ ਕੀਤਾ, ਕਿਹਾ ਕਿ ਹੇ ਮਹਾਰਾਜ, ਆਪ ਜੀ ਨੇ ਆਰਤੀ ਦੇ ਪ੍ਰਥਾਏ ਸਾਡੇ ਕਪਾਟ ਖੋਲ੍ਹ ਦਿੱਤੇ ਹਨ ਅਤੇ ਕੁਦਰਤੀ ਹੋ ਰਹੀ ਆਰਤੀ ਦਾ ਗਿਆਨ ਕਰਾਇਆ, ਜਿੱਥੇ ਇੰਨਾ ਕੁਝ ਅੰਤਰੀਵ ਦੱਸਿਆ, ਉੱਥੇ ਹੁਣ ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਕਿ ਅਸੀਂ ਜੋ ਆਰਤੀ ਕਰਦੇ ਉਸ ਦੇ ਪਿੱਛੋਂ ਅਸਤੋਤਰ ਪੜ੍ਹਦੇ ਹਾਂ, ਹੁਣ ਅੰਤਰੀਵ ਆਰਤੀ ਦਾ ਸਤੋਤਰ ਵੀ ਆਪ ਜੀ ਉਚਾਰਨ ਕਰੋ। ਤਾਂ ਗੁਰ ਉੱਤਰ ਦਿੰਦੇ ਆ, ਤਾਂ ਸਤਿਗੁਰੂ ਜੀ ਅੱਗੇ ਵਾਹਿਗੁਰੂ ਦਾ ਅਸਤੋਤਰ ਕਥਨ ਕਰਦੇ ਆ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਗੋ, ਸਹਿਸ ਮੂਰਤ ਨਨਾ ਏਕ ਤੋਹੀ। ਹੇ ਪਰਮੇਸ਼ਰ ਜੀ, ਸਰਗੁਣ ਸਰੂਪ ਕਰਕੇ ਤਵ ਤੁਹਾਡੇ ਸਹਿਸ ਹਜ਼ਾਰਾਂ ਹੀ ਨੈਣ ਨੇਤਰ ਹਨ, ਪਰ ਨਿਰਗੁਣ ਸਰੂਪ ਦੇ ਵਿੱਚ ਤੋਹੇ ਤੁਹਾਡਾ ਇੱਕ ਵੀ ਨੇਤਰ ਨਹੀਂ ਹੈ, ਅਤੇ ਸਰਗੁਣ ਸਰੂਪ ਕਰਕੇ ਆਪ ਜੀ ਦੀਆਂ ਸਹਿਸ ਹਜ਼ਾਰਾਂ ਹੀ ਮੂਰਤ ਮੂਰਤੀਆਂ ਹਨ, ਜਿਵੇਂ ਰਾਮ ਕ੍ਰਿਸ਼ਨ ਆਦਿਕ, ਪਰ ਨਿਰਗੁਣ ਸਰੂਪ ਕਰਕੇ ਤੋਹੀ ਤੇਰੀ ਇੱਕ ਵੀ ਮੂਰਤੀ ਨਹੀਂ ਹੈ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛੁ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਆ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਹੇ ਮਹਾਰਾਜ, ਸਰਗੁਣ ਸਰੂਪ ਕਰਕੇ ਆਪ ਜੀ ਦੇ ਸਹਿਸ ਹਜ਼ਾਰਾਂ ਹੀ ਬਿਮਲ ਨਿਰਮਲ ਭਾਵ ਉੱਜਲ ਪਦ ਚਰਨ ਹਨ, ਜੋ ਸੰਸਾਰ ਦੇ ਜੀਵਾਂ ਦੀ ਪਾਪਾਂ ਦੀ ਮੈਲ ਨੂੰ ਧੋਣ ਵਾਲੇ ਹਨ, ਪਰ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਇੱਕ ਵੀ ਪਦ ਚਰਨ ਨਹੀਂ ਹੈ। ਨਿਰਗੁਣ ਸਰੂਪ ਕਰਕੇ ਤੂੰ ਗੰਧ ਨੱਕ ਆਦਿ ਪ੍ਰਾਣ ਇੰਦਰੀਆਂ ਤੋਂ ਬਿਨ ਬਗੈਰ ਹੈ, ਪਰ ਸਰਗੁਣ ਕਰਕੇ ਤਵ ਤੇਰੇ ਹਜ਼ਾਰਾਂ ਹੀ ਨੱਕ ਆਦਿ ਪ੍ਰਾਣ ਇੰਦਰੇ ਹਨ। ਤੇਰੇ ਇਵ ਕਹੀਏ ਇਸ ਤਰ੍ਹਾਂ ਦੇ ਚਲਤ ਕੌਤਕਾਂ ਨੂੰ ਦੇਖ ਕੇ ਮੇਰੀ ਬੁੱਧੀ ਮੋਹਿਤ ਹੋ ਗਈ, ਇਸ ਤਰ੍ਹਾਂ ਦੇ ਕੌਤਕਾਂ ਨਾਲ ਆਪ ਜੀ ਨੇ ਸ੍ਰਿਸ਼ਟੀ ਮੋਹ ਲਈ ਹੈ। ਅੱਗੇ ਫਿਰ ਉਹਨਾਂ ਪ੍ਰਸ਼ਨ ਕੀਤਾ, ਕਹਿਣ ਲੱਗੇ ਪੰਡਿਤ, ਕਹਿਣ ਲੱਗੇ ਹੇ ਸਤਿਗੁਰੂ ਜੀ, ਇੱਕ ਅਖੰਡ ਜੋਤ ਤੋਂ ਅਸੀਂ ਬਾਕੀ ਦੀਵੇ ਜਗਾਉਂਦੇ ਹਾਂ, ਪਰ ਤੁਸੀਂ ਦੱਸੋ ਅਖੰਡ ਜੋਤ ਕਿਹੜੀ ਹੈ ਜੋ ਕਦੇ ਬੁਝਣ ਵਾਲੀ ਨਹੀਂ? ਪਾਤਸ਼ਾਹ ਫਰਮਾਉਂਦੇ ਆ, ਸਭ ਮਹਿ ਜੋਤ ਜੋਤ ਹੈ ਸੋਏ। ਹੇ ਪੰਡਿਤ ਜਨੋ, ਜੋ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਦੇ ਹਿਰਦਿਆਂ ਵਿੱਚ ਜੋਤ ਪ੍ਰਕਾਸ਼ ਰੂਪ ਹੋ ਰਿਹਾ, ਉਹ ਹੀ ਅਖੰਡ ਜੋਤ ਹੈ ਜੋ ਕਦੇ ਬੁਝਣ ਵਾਲੀ ਨਹੀਂ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਜੋ ਚੇਤਨ ਸੱਤਾ ਰੂਪ ਜੋਤ ਸਾਰਿਆਂ ਵਿੱਚ ਪ੍ਰਕਾਸ਼ ਹੋ ਰਹੀ,
ਇਹੀ ਅਖੰਡ ਜੋਤ ਜਗ ਰਹੀ ਹੈ ਅਤੇ ਕਦੇ ਬੁਝਣ ਵਾਲੀ ਨਹੀਂ। ਤਿਸਕੈ ਜਾਣਨ ਸਭ ਮਹਿ ਜਾਣਨ ਹੋਏ। ਹਾਂ, ਉਸ ਚੇਤਨ ਬ੍ਰਹਮ ਦੇ ਚਾਨਣ ਚੇਤਨ ਸੱਤਾ ਰੂਪੀ ਪ੍ਰਕਾਸ਼ ਕਰਕੇ ਸਾਰਿਆਂ ਦੇ ਹਿਰਦਿਆਂ ਵਿੱਚ ਚਾਨਣ ਪ੍ਰਕਾਸ਼ ਹੋ ਰਿਹਾ, ਭਾਵ ਖੱਡ ਜੋਤੀਆਂ ਵਿੱਚ ਪ੍ਰਕਾਸ਼ ਹੋ ਰਿਹਾ। ਫਿਰ ਪੰਡਤਾਂ ਨੇ ਪ੍ਰਸ਼ਨ ਕੀਤਾ ਕਿ ਸਾਡੀ ਆਰਤੀ 'ਚ ਤਾਂ ਪੰਡਾ ਜੋਤ ਜਗਾਉਂਦਾ ਹੈ, ਪਰ ਆਪ ਜੀ ਦੇ ਕੌਣ ਜੋਤ ਜਗਾਉਂਦਾ ਹੈ? ਗੁਰ ਉੱਤਰ ਦਿੰਦੇ ਆ, ਗੁਰ ਸਾਖੀ ਜੋਤ ਪ੍ਰਗਟ ਹੋਏ। ਹੇ ਪੰਡਿਤ ਜਨੋ, ਗੁਰ ਸਤਿਗੁਰਾਂ ਦੀ ਸਾਖੀ ਸਿੱਖਿਆ ਕਰਕੇ ਹੀ ਬ੍ਰਹਮ ਦੀ ਜੋਤ ਹਿਰਦੇ ਅੰਦਰ ਪ੍ਰਗਟ ਹੁੰਦੀ ਹੈ। ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਗਿਆਨ ਬੁੱਧੀ ਅੰਦਰ ਪ੍ਰਗਟ ਹੁੰਦਾ ਹੈ, ਬ੍ਰਹਮ ਗਿਆਨ ਦੀ ਜੋਤ ਗਿਆਤ ਪ੍ਰਗਟ ਹੁੰਦੀ ਹੈ। ਫਿਰ ਪੰਡਤਾਂ ਨੇ ਕਿਹਾ ਕਿ ਅਸੀਂ ਤਾਂ ਆਰਤੀ ਸਮੇਂ ਥਾਲ ਫੇਰਦੇ ਹਾਂ, ਪਾਪ ਘੁੰਮਾਉਂਦੇ ਹਾਂ, ਤੁਹਾਡਾ ਇਹ ਆਕਾਸ਼ ਰੂਪੀ ਥਾਲ ਕਿਵੇਂ ਫਿਰਦਾ ਹੈ? ਗੁਰ ਉੱਤਰ ਦਿੰਦੇ ਆ, ਜੋ ਤਿਸ ਭਾਵੈ ਸੋ ਆਰਤੀ ਹੋਏ। ਹੇ ਪੰਡਿਤ ਜਨੋ, ਜਿਹੜਾ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਹੀ ਆਰਤੀ ਹੋ ਰਹੀ। ਪ੍ਰਭੂ ਦਾ ਭਾਣਾ ਮੰਨਣਾ ਹੀ ਹੱਥਾਂ ਦੇ ਨਾਲ ਥਾਲ ਫੇਰ ਕੇ ਆਰਤੀ ਕਰਨ ਦੀ ਨਿਆਈ ਹੈ, ਭਾਵ ਜਿਹੜਾ ਸਮਾਂ ਬਦਲਦਾ ਘੁੰਮਦਾ ਹੈ ਜਾਂ ਆਕਾਸ਼ ਵਿੱਚ ਤਾਰੇ ਘੁੰਮ ਰਹੇ, ਇਹੋ ਹੀ ਥਾਲ ਘੁੰਮ ਰਿਹਾ। ਜਿਹੜਾ ਉਸ ਪਰਮੇਸ਼ੁਰ ਨੂੰ ਪਾ ਜਾਂਦਾ ਹੈ ਉਸ ਦੀ ਆ ਕਹੀਏ ਸਰਬ ਔਰ ਸੇ ਆ ਕਰਕੇ ਪਰਮੇਸ਼ੁਰ ਵਿੱਚ ਰੱਤੀ ਪ੍ਰੀਤੀ ਲੱਗ ਜਾਂਦੀ ਹੈ। ਫਿਰ ਉਹਨਾਂ ਨੇ ਪ੍ਰਸ਼ਨ ਕੀਤਾ, ਹੇ ਸਤਿਗੁਰੂ ਜੀ, ਫਿਰ ਆਰਤੀ ਕਰਕੇ ਅਸੀਂ ਕੋਈ ਨਾ ਕੋਈ ਚੀਜ਼ ਮੰਗਦੇ ਹਾਂ, ਤੁਸੀਂ ਕੀ ਮੰਗਦੇ ਹੋ? ਫਿਰ ਉਹਨਾਂ ਨੇ, ਗੁਰੂ ਪਾਤਸ਼ਾਹ ਨੇ ਫਿਰ ਉੱਤਰ ਦਿੱਤਾ, ਹੇ ਪੰਡਿਤ ਜਨੋ, ਤਾਂ ਅਸੀਂ ਤਾਂ ਪਰਮੇਸ਼ੁਰ ਦੇ ਪਾਸੋਂ ਇਹੋ ਮੰਗਦੇ ਹਾਂ, ਹਰ ਚਰਨ ਕਮਲ ਮਕਰੰਦ ਲੋਭਿਤ ਮਨ ਅਨ ਦਿਨੋ ਮੋਹ ਆਹੀ ਪਿਆਸਾ। ਹੇ ਹਰ ਪਰਮੇਸ਼ੁਰ, ਆਪ ਜੀ ਦੇ ਚਰਨਾਂ ਕਮਲਾਂ ਦੇ ਮਕਰੰਦ ਧੂੜੇ ਸੁਗੰਧੀ ਰਸ ਪ੍ਰੇਮ ਰਸ ਵਾਸਤੇ ਮੇਰਾ ਮਨੋ ਮਨ ਰੂਪੀ ਭੌਰਾ ਲੋਭਿਤ ਲੁਭਾਏਵਾਨ ਹੋ ਰਿਹਾ ਅਤੇ ਅਨ ਦਿਨੋ ਰਾਤ ਦਿਨੇ ਭਾਵ ਹਰ ਰੋਜ਼ ਮੈਨੂੰ ਇਹੋ ਹੀ ਪਿਆਸਾ ਤ੍ਰੇਹ ਲੱਗੀ ਹੋਈ ਹੈ, ਭਾਵ ਇੱਛਾ ਲੱਗੀ ਹੋਈ ਹੈ। ਹੇ ਵਾਹਿਗੁਰੂ ਜੀ, ਜਿਸ ਪ੍ਰਕਾਰ ਬੰਬੀਹੇ ਨੂੰ ਸਵਾਂਤੀ ਬੂੰਦ ਗ੍ਰਹਿਣ ਕਰਨ ਦੀ ਤੀਬਰ ਇੱਛਾ ਹੁੰਦੀ ਹੈ, ਇਸੇ ਪ੍ਰਕਾਰ ਸਾਨੂੰ ਆਪ ਜੀ ਦੇ ਦਰਸ਼ਨਾਂ ਦੀ ਅਨ ਦਿਨੋਂ ਰਾਤ ਦਿਨੇ ਪਿਆਸਾ ਤ੍ਰੇਹ ਇੱਛਾ ਲੱਗੀ ਹੋਈ ਹੈ। ਆਹੀ ਹੈ ਕਿ ਇਸ ਕਿਸ ਵੇਲੇ ਆਪ ਜੀ ਦੇ ਦਰਸ਼ਨ ਹੋਣ, ਜੈਸਾ ਕਿ ਦਰਸ਼ਨ ਪਿਆਸੀ ਦਿਨ ਸ ਰਾਤ ਚਿੱਤਵੋ ਅਨ ਦਿਨ ਨੀਤ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰੇ ਨਾਮ ਵਾਸਾ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਹੇ ਪਰਮੇਸ਼ੁਰ ਜੀ, ਮੇਰੇ ਮਨ ਰੂਪੀ ਸਾਰਿੰਗ ਪਪੀਹੇ ਨੂੰ ਕਿਰਪਾ ਰੂਪੀ ਸਵੰਤੀ ਬੂੰਦ ਜਲ ਦੇਣਾ ਕਰੋ, ਜਿਸ ਤੋਂ ਤੇਰੇ ਤੁਹਾਡੇ ਨਾਮ ਵਿੱਚ ਨਿਵਾਸ ਹੋ ਜਾਵੇ, ਜਿਸ ਦੇ ਕਰਕੇ ਨਾਮੀ ਪਰਮੇਸ਼ੁਰ ਤੇਰੇ ਸਰੂਪ ਵਿੱਚ ਨਿਵਾਸ ਹੋ ਜਾਵੇ, ਭਾਵ ਅਭੇਦ ਹੋ ਜਾਈਏ। ਸੋ ਫਿਰ ਇੱਥੇ ਗੁਰੂ ਸਾਹਿਬ ਜੀ ਦੇ ਇਹ ਸਿੱਖ ਬਣੇ ਪੰਡੇ ਜਿਹੜੇ ਸਨ, ਫਿਰ ਸਤਿਗੁਰਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇੱਥੇ ਸਮੁੰਦਰ ਦਾ ਪਾਣੀ ਖਾਰਾ ਹੈ, ਆਪ ਜੀ ਕਿਰਪਾ ਕਰੋ। ਤਾਂ ਸਤਿਗੁਰਾਂ ਨੇ ਕਿਹਾ ਕਿ ਪਾਣੀ ਇੱਥੇ ਸਮੁੰਦਰ ਦੇ ਕਿਨਾਰੇ ਹੀ ਕੱਢ ਦਿੰਦੇ ਹਾਂ। ਜੋ ਹੱਥ ਵਿੱਚ ਸੋਟੀ ਸੀ ਉਹ ਸੋਟੀ ਮਾਰ ਕੇ ਥੱਲਿਓਂ ਪਾਣੀ ਕੱਢਿਆ ਸੀ, ਜੋ ਮਿੱਠਾ ਅੰਮ੍ਰਿਤ ਦੀ ਨਿਆਈ ਸੀ।
ਬਾਕੀ ਆਪਾਂ ਉਥਾਨਕਾ ਵਿੱਚ ਇਹ ਵੇਰਵਾ ਆਈ ਚੁੱਕਾ ਪੜ੍ਹ ਹੀ ਆਏ ਹਾਂ, ਸੋ ਅਖੀਰ ਵਿੱਚ ਆਏ ਅੰਕਾਂ ਦਾ ਵੇਰਵਾ ਆਪ ਜੀ ਨੋਟ ਕਰ ਲਵੋ। ਅੰਕ ਜੋ 4 ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸ਼ਬਦ ਦੇ ਸਮਾਪਤੀ 'ਤੇ, ਇਸ ਦਾ ਭਾਵ ਹੈ ਕਿ ਸ਼ਬਦ ਦੇ 4 ਬੰਦ ਹਨ। ਜੋ 1 ਅੰਕ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਤੋਂ ਭਾਵ ਹੈ ਕਿ ਆਰਤੀ ਦਾ ਸ਼ਬਦ 1 ਹੀ ਹੈ। ਅੰਕ 7 ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਤੋਂ ਭਾਵ ਹੈ ਕਿ ਘਰ ਦੂਜੇ ਦੇ ਘਰ ਤੀਜੇ ਦੇ 7 ਸ਼ਬਦ ਹਨ। ਜੋ ਅੰਕ 9 ਤੋਂ 9 ਦੇ ਦਰਸ਼ਨ ਕਰ ਰਹੇ ਹੋ ਅਖੀਰ ਵਿੱਚ, ਇਸ ਤੋਂ ਭਾਵ ਹੈ ਕਿ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਹੁਣ ਤੱਕ ਕੁੱਲ 9 ਸ਼ਬਦ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।